अंतरराज्य ग्रो नहीं विदन दी पंजाब स्टेट ही पिस्टल सी बाहरों सिर्फ वैपन ही लैके आए। बेसिकली राजीव कौशल उर्फ गुगलू ये जो गैंगस्टर है फिरोजपुर जेल चो बैठ के यदा मास्टर माइंड है। उस ही फोन के उपर दो कोरीयर राही मध्य प्रदेश चो अड़ी की वैपनस मंगवाए। जिहड़े वैपनस लैके आए कोरीयर वो जो अरैसट हुए साढ़े कोल बिकॉज इनफॉर्मेशन असी ये सारे ऑपरेशन एस एस पी संगरूर सुरेंद्र लांबा जी देख रहे थे अपनी टीम के नाल। तो पुलिस उत्थे डिप्लॉयड सी जदों ये सस्पिशियस लुकिंग लोग उत्थे ब्रिज थले आए तो इन्हों अरैसट करके बैग वगैरह फुले दे की वैपनस मिल गए। उत्थों ही सारी चेन चली फिर अगे प्रोडक्शन बनते उन्हों राजीव कौशल नूं लैके आंदा। फिर बैकवर्ड लिंकेज दे विच मध्य प्रदेश टीम गई उत्थों भी एक बंदा जिहड़ा कोरीयर जिन्हें मध्य प्रदेश इन्हां नूं बुला के वैपन हैंडओवर कीते आ वो अरैसट होया। फिर सैकंडली जिसने पैसे पाए लुधियाणे दा रहण वाला हेमंत उसनों भी अरैसट किया जिन्हें पैसा ट्रांसफर किया मध्य प्रदेश क्योंकि और सारी चीज़ा एक चेन लिंक की तरह होती हैं। मतलब बंदे अरैसट करने तो बाद फॉरवर्ड लिंकेजिज या बैकवर्ड कितों लैके आए वो सारा ही इन्वेस्टिगेशन टीम का हिस्सा है। सो पांच छे टीम बना के एस एस पी साहब ने पर्सनली सुपरवाइज करके एक बहुत अच्छा केस ट्रेस किया जिहड़ा कि मैं समझदा कि 21 वैपनस के पुलिस के रिकवर करन दे नाल ते जिहड़े मास्टर माइंड गैंग जिहड़ा जेल च बैठा सी ਉਹਦੇ ਅਰੈਸਟ ਹੋਣ ਦੇ ਨਾਲ ਇੱਕ ਬਹੁਤ ਵੱਡੇ ਲੈਵਲ ਦਾ ਕ੍ਰਾਈਮ ਜਿਹੜਾ ਪ੍ਰੀਵੈਂਟ ਹੋਇਆ। ਸਰ ਜਿਹੜੇ ਵੈਪਨ ਫੜੇ ਗਏ ਨੇ ਕਿਹੜੇ ਇਹ ਵੈਪਨ ਜਿਹੜੇ ਆ ਆਪਣਾ ਕੰਟਰੀ ਮੇਡ ਕਹਿ ਸਕਦੇ ਹਾਂ ਇਹਦੇ ਵਿੱਚ 30 ਬੋਰ ਅਤੇ 32 ਬੋਰ ਦੇ ਪਿਸਟਲਸ ਨੇ। ਸਰ ਜਿਵੇਂ ਤੁਸੀਂ ਕਹਿ ਰਹੇ ਕਿ ਇੱਥੋਂ ਫੜੇ ਨੇ ਸਰ ਲੈ ਕੇ ਕਿਵੇਂ ਆਏ ਸੀ ਕਿਸ ਡਰਾਈਵਰ ਕਿੱਥੇ ਕਿਵੇਂ ਇਹ ਬੱਸਾਂ 'ਤੇ ਬੈਠ ਕੇ ਜੀ ਕਿਤੋਂ ਬੱਸ ਲਈ ਦੂਜੀ ਜਗ੍ਹਾ ਚੇਂਜ ਕਰਕੇ ਚਲੇ ਗਏ ਉਸ ਤੋਂ ਬਾਅਦ ਨੈਕਸਟ ਚੇਂਜ ਕੀਤੀ ਇੱਥੇ ਵੀ ਉਹਨੇ ਉਤਰੇ ਸੀ ਬੱਸ ਤੋਂ ਉਤਰੇ ਦੂਸਰੀ ਬੱਸ ਚੇਂਜ ਕਰਕੇ ਇਹਨਾਂ ਨੇ ਜਾਣਾ ਸੀ ਖਰੜ ਸਾਈਡ। ਬਲਜਿੰਦਰ ਦੇ ਖਿਲਾਫ 17 ਕੇਸ ਨੇ ਰਾਜੀਵ ਕੌਸ਼ਲ ਦੇ ਕਰੋਪ 19 ਦੇ ਕੇਸ ਨੇ ਪਲੱਸ ਇਹ ਹੁਣ 20 ਕੇਸ ਅਸੀਂ ਦਰਜ ਕਰਤਾ। ਸੋ ਕਾਫੀ ਕ੍ਰਿਮੀਨਲ ਬੈਕਗ੍ਰਾਊਂਡ ਦੇ ਬੰਦੇ ਆ। 100% ਹੋਏਗੀ ਆਲਰੇਡੀ ਮਤਲਬ ਬਹੁਤ ਸਾਰੀ ਚੀਜ਼ਾਂ ਅਸੀਂ ਅੱਜ ਮੀਡੀਆ ਨਾਲ ਸ਼ੇਅਰ ਨਹੀਂ ਕਰ ਸਕਦੇ। ਆਪਰੇਸ਼ਨ ਸਾਡਾ ਆਲਰੇਡੀ ਚੱਲ ਰਿਹਾ ਮੱਧ ਪ੍ਰਦੇਸ਼ ਲੋਕਲ ਪੁਲਿਸ ਦੀ ਅਸਿਸਟੈਂਸ ਲੈ ਰਹੇ ਹਾਂ। ਮਤਲਬ ਮੱਧ ਪ੍ਰਦੇਸ਼ ਪੁਲਿਸ ਦੀ ਵੀ ਐਸ ਐਸ ਪੀ ਸਾਹਿਬ ਲੋਕਲ ਜਿਹੜਾ ਡਿਸਟ੍ਰਿਕਟ ਐਸ ਪੀ ਹੈ ਉਹਦੇ ਨਾਲ ਕੋਆਰਡੀਨੇਟ ਕਰਕੇ ਬਿਕੋਜ਼ ਇਹੋ ਜਿਹੇ ਆਪਰੇਸ਼ਨ ਦੂਜੀ ਸਟੇਟ ਦੇ ਵਿੱਚ ਆ ਕੇ ਇੱਕ ਸਟੇਟ ਨਹੀਂ ਕਰ ਸਕਦੀ ਆਪਰੇਟ। ਲੋਕਲ ਪੁਲਿਸ ਨੂੰ ਨਾਲ ਲੈ ਕੇ ਸਾਰੀਆਂ ਪ੍ਰਕੋਸ਼ਨਸ ਲੈ ਕੇ ਬਿਕੋਜ਼ ਇਹ ਕ੍ਰਿਮੀਨਲਸ ਜਿਹੜੇ ਹੈ ਇਹ ਫੋਰੈਸਟ ਦੇ ਵਿੱਚ ਜਾਂ ਹਿਲ ਟੌਪ 'ਤੇ ਇਹਨਾਂ ਦੇ ਘਰ ਵਗੈਰਾ ਹੁੰਦੇ ਆ ਤਾਂ ਉਹ ਸਾਰਾ ਆਪਰੇਸ਼ਨ ਅਸੀਂ ਜਿਹੜਾ ਕਰਾਂਗੇ। ਹਾਂਜੀ ਇਹ ਹਥਿਆਰਾਂ ਦੀ ਜੋ ਇੰਟਰੋਗੇਸ਼ਨ ਸਾਡੇ ਕੋਲ ਪ੍ਰੀਲਿਮਿਨਰੀ ਇੰਟਰੋਗੇਸ਼ਨ 'ਚ ਜਿਹੜੀ ਚੀਜ਼ ਸਾਹਮਣੇ ਆਈ ਹੈ ਕਿ ਇਹਨਾਂ ਨੇ ਜਿਹੜਾ ਖਰੜ ਰੋਪੜ ਅਤੇ ਨਵਾਂਸ਼ਹਿਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਨੇ ਐਕਸਟੋਰਸ਼ਨ ਕਰਨੀਆਂ ਸੀ ਜਾਂ ਮਤਲਬ ਇਹਨਾਂ ਦੇ ਦੂਜੇ ਗੈਂਗਸ ਨਾਲ ਜਿਨ੍ਹਾਂ ਇਹਨਾਂ ਦੇ ਰਿਲੇਸ਼ਨਸ ਖਰਾਬ ਨੇ ਉਹ ਇੰਟਰ ਗੈਂਗ ਰੈਲੀ 'ਚ ਇਹ ਵੈਪਨ ਯੂਜ਼ ਕਰਨ ਵਾਸਤੇ ਇਹਨਾਂ ਨੇ ਦੱਸਿਆ ਸਾਨੂੰ। ਹਾਂਜੀ ਇਹਨਾਂ ਨਾਲ ਹਰ ਵੈਪਨ ਦੇ ਨਾਲ ਇੱਕ ਇੱਕ ਮੈਗਜ਼ੀਨ ਲੱਗਿਆ ਹੋਇਆ ਜਿਹੜਾ ਨਾਲ ਉਹਦੇ ਨਾਲ ਇਸ ਤਰ੍ਹਾਂ ਹੈ ਕਿ ਜਿਹੜੀ ਇੰਟੈਰੋਗੇਸ਼ਨ ਰਿਪੋਰਟ 'ਚ ਆਇਆ ਕਿ ਇਹ ਜਿਹੜਾ ਰਾਜੀਵ ਕੌਸ਼ਲ ਹੈ ਏਲੀਅਸ ਗੁਗਲੂ ਅਤੇ ਨਾਲ ਇਹਦੇ ਜਿਹੜਾ ਰਵੀ ਬਾਲਾਚੋਰੀਆ ਇਹਨਾਂ ਦੇ ਇੰਟਰਲਿੰਕੇਜਸ ਹੈਗੀਆਂ ਆਪਸ ਵਿੱਚ ਵਿਸ਼ਨੋਈ ਗੈਂਗ ਦੇ ਨਾਲ ਕਿਉਂਕਿ ਇਹਨਾਂ ਦੀ ਪੁੱਛਗਿੱਛ 'ਚੋਂ ਇੱਕ ਗੱਲ ਆਉਂਦੀ ਹੈ ਕਿ ਕਿਸ ਤਰ੍ਹਾਂ ਕਿਸੇ ਵੱਡੇ ਗੈਂਗਸਟਰ ਦੇ ਨਾਲ ਇਹ ਐਸੋਸੀਏਟ ਹੋ ਜਾਂਦੇ ਆ। ਮਤਲਬ ਦੇਖੋ ਇਸ ਤਰ੍ਹਾਂ ਹੁੰਦਾ ਹੈ ਕਿ ਮੀਡੀਆ ਨਾਲ ਅਸੀਂ ਜਦੋਂ ਸ਼ੁਰੂ 'ਚ ਗੱਲ ਸ਼ੇਅਰ ਕਰਦੇ ਹਾਂ ਬਹੁਤ ਸਾਰੀ ਗੱਲਾਂ ਇੰਟੈਰੋਗੇਸ਼ਨ ਦਾ ਪਾਰਟ ਹੁੰਦੀਆਂ ਜੋ ਮੀਡੀਆ ਦੇ ਵਿੱਚ ਆ ਜਾਣ ਤਾਂ ਕਿਸੇ ਲੈਵਲ 'ਤੇ ਸਾਡੀ ਇੰਟੈਰੋਗੇਸ਼ਨ ਵੀ ਜਿਹੜੀ ਆ ਇਨਵੈਸਟੀਗੇਸ਼ਨ ਉਹ ਹੋ ਜਾਂਦੀ ਹੈ ਇਫੈਕਟਿਵ ਹੋ ਜਾਂਦੀ ਹੈ। ਪਲੈਨ ਤੁਹਾਨੂੰ ਮੈਂ ਦੱਸਿਆ ਨਾ ਜੇਲ੍ਹ ਦੇ ਵਿੱਚ ਮੋਬਾਈਲ ਯੂਜ਼ ਕਰ ਰਿਹਾ ਸੀਗਾ ਹਾਂਜੀ ਜਿਹੜਾ ਗੁਗਲੂ ਆ ਚਲੋ ਇਹ ਅੱਜ ਸਾਡੀ ਪ੍ਰੈਸ ਕਾਨਫਰੰਸ ਦਾ ਵਿਸ਼ਾ ਨਹੀਂ ਹੈ ਸਰਕਾਰ ਇਸ ਪਾਸੇ ਲੱਗੀ ਹੋਈ ਹੈ। ਪਹਿਲੀ ਤਾਂ ਇਹਨਾਂ ਨੇ ਜ਼ਿਆਦਾ ਗੈਂਗਸਟਰ ਜਿਹੜੇ ਆ ਸੰਗਰੂਰ ਸ਼ਿਫਟ ਆਪਣਾ ਬਠਿੰਡੇ ਸ਼ਿਫਟ ਕੀਤੇ ਆ ਉਹ ਜੇਲ੍ਹ ਦੇ ਵਿੱਚ ਜਿਹੜਾ ਹੈ ਕਿ ਇਸ ਤਰ੍ਹਾਂ ਦੀ ਜੇਲ੍ਹ ਹੈ ਕਿ ਬਿਲਕੁਲ ਬਾਹਰੋਂ ਥਰੋ ਕਰਕੇ ਜਾਂ ਕਿਸੇ ਹੋਰ ਤਰੀਕੇ ਨਾਲ ਵੈਪਨ ਜਿਹੜੇ ਮੋਬਾਈਲ ਫੋਨ ਨਹੀਂ ਅੰਦਰ ਜਾ ਸਕਦੇ ਪਰ ਕਿਸ ਤਰ੍ਹਾਂ ਕਿਸੇ ਜੇਲ੍ਹ ਦੇ ਵਿੱਚ ਕਿਸੇ ਤਰੀਕੇ ਨਾਲ ਪਹੁੰਚ ਜਾਂਦੇ ਆ ਤੋ ਲੇਕਿਨ ਸਾਡਾ ਜੰਤਰ ਤੰਤਰ ਪੁਲਿਸ ਦਾ ਐਕਟਿਵ ਹੈ ਜਿੱਥੇ ਵੀ ਮੋਬਾਈਲ ਯੂਜ਼ ਹੁੰਦਾ ਅਲਟੀਮੇਟਲੀ ਪਤਾ ਲੱਗ ਜਾਂਦਾ ਅਸੀਂ ਕਾਨੂੰਨ ਦੇ ਹੱਥ ਬੜੇ ਲੰਬੇ ਇਹਨਾਂ ਦੀ ਗਰਦਨਾਂ ਤੱਕ ਪਹੁੰਚ ਹੀ ਜਾਂਦੇ ਹਾਂ ਅਸੀਂ। ਡੈਫੀਨੇਟਲੀ ਦੇਖੋ ਪਲੈਨ ਬੜਾ ਸਾਡਾ ਕਲੀਅਰ ਹੈ ਕਿ ਜਿਹੜੇ ਬੱਚੇ ਨੌਜਵਾਨ ਨਸ਼ਾ ਖਾਂਦੇ ਆ ਅਸੀਂ ਉਹਨਾਂ ਦਾ ਇਲਾਜ ਕਰਾਉਣਾ ਉਹਨਾਂ ਨੂੰ ਮੋਟੀਵੇਟ ਕਰਨਾ ਮੁੱਖ ਧਾਰਾ 'ਚ ਲਿਆਉਣਾ ਜਿਹੜੇ ਪੈਡਲਰਸ ਹੈ
या नशा बेचने वाले है वो दे आर एनिमीज ऑफ द स्टेट, वो समाज के दुश्मन है, उन्होंने असं छड़ांगे नहीं, उन्होंने अरैसट करके उन्होंने सलाखों के पिछे भेजांगे। नहीं, वो मैं तुहानू दसदा कि जिहड़ियां पिंडां दे विच नशा छड़ाऊ कमेटियां बनियां होईआं या कोई पहरा दे रहे हैं, असी उन्होंने सारे ना तालमेल पैदा किया एस एच ओ लैवल से कि वो कमेटीज़ सानू पुलिस नू लोकल एस एच ओ या डी एस पी साहब नाल लैके फिर ऑपरेशन कर आप बहारे होके जिहड़ा पुलिस का काम है वो असी उन्होंने रोक रहे हैं कि तुसी ना करो, असी थोड़े नाल है, असी मोढ़े ना मोढ़ा नाल जोड़ के थोड़े चलते हैं क्योंकि इनफॉर्मेशन तो सारी समाज को ही आँगी लोगों को आँदी है। तो साडा मिशन बड़ा क्लीयर है कि मोबाइल नंबर भी असी दिते हैं जिते कि इनफॉर्मेशन आँदी है साडा एस एच ओ साडा डी एस पी साहबान ईवन सीवर एस पी लैवल के लोग असी रेड करके साड़ी कोशिश है कि ये ड्रग चेन जी है ये पैडलरस या उस तो उपर जे वे समगलर बैठे है इन्हों सारे पकड़ के ते लोगों की मदद के नाल आपां ये जिहड़ा ड्रग फ्री स्टेट है ते खुशहाल जिहड़ा सूबा दी सिरजना करांगे। थैंक यू जी।